ਸਿਹਤ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜਲਦੀ ਪਤਲਾ ਹੋਣ ਤੇ ਪੇਟ ਅੰਦਰ ਕਰਨ ਦੀ ਆਯੁਰਵੈਦਿਕ ਦਵਾਈ ਬਾਰੇ। ਦੋਸਤੋ, ਅਸੀਂ ਤੁਹਾਨੂੰ ਦੱਸਾਂਗੇ ਪੇਟ ਅੰਦਰ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ। ਦੋਸਤੋ, ਅਸੀਂ ਖਾਣਾ ਖਾਣ ਤੋਂ 1.5 ਘੰਟਾ ਬਾਅਦ ਪਾਣੀ ਪੀਣਾ ਹੈ। ਇਹ ਗੱਲ ਯਾਦ ਰੱਖੋ ਕਿ ਖਾਣਾ ਖਾਣ ਤੋਂ 1.5 ਘੰਟਾ ਬਾਅਦ ਹੀ ਤੁਸੀਂ ਪਾਣੀ ਪੀਣਾ ਹੈ, ਪਰ ਪਾਣੀ ਕਿਵੇਂ ਪੀਣਾ ਹੈ ਇਹ ਤਰੀਕਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਅਸੀਂ ਸਧਾਰਨ ਤਰੀਕੇ ਨਾਲ ਪਾਣੀ ਕਿਵੇਂ ਪੀਂਦੇ ਹਾਂ, 1 ਗਿਲਾਸ ਪਾਣੀ ਦਾ ਭਰਿਆ ਤੇ ਫਟਾਫਟ 1 ਵਾਰ ਵਿੱਚ ਹੀ ਪੀ ਜਾਂਦੇ ਹਾਂ। ਕੁਝ ਲੋਕ ਉੱਪਰੋਂ ਦੀ ਮੂੰਹ ਖੋਲ ਕੇ ਪਾਣੀ ਲਗਾਤਾਰ ਪੀਂਦੇ ਰਹਿੰਦੇ ਹਨ। ਇਹ ਦੋਨੇ ਤਰੀਕੇ ਬਿਲਕੁਲ ਗਲਤ ਹਨ। ਅਗਰ ਤੁਸੀਂ ਲਗਾਤਾਰ ਜਲਦੀ ਜਲਦੀ ਪਾਣੀ ਪੀ ਰਹੇ ਹੋ ਤਾਂ ਤੁਹਾਡੇ ਸਰੀਰ ਅੰਦਰ 2 ਰੋਗ ਤਾਂ ਜ਼ਰੂਰ ਹੀ ਆਉਣ ਵਾਲੇ ਹਨ, ਪਹਿਲਾ ਅਪੈਂਡਿਕਸ ਤੇ ਦੂਜਾ ਹਰਨੀਆਂ। ਹਰਨੀਆਂ ਜ਼ਿਆਦਾ ਉਹਨਾਂ ਲੋਕਾਂ ਨੂੰ ਹੁੰਦੀਆਂ ਹਨ ਜੋ ਜਲਦੀ ਜਲਦੀ ਲਗਾਤਾਰ ਪਾਣੀ ਪੀਂਦੇ ਹਨ। ਮਤਲਬ ਇਹ ਹੈ ਕਿ ਜਲਦੀ ਜਲਦੀ 1 ਵਾਰ ਵਿੱਚ ਹੀ ਪਾਣੀ ਪੀਣਾ ਸਰੀਰ ਲਈ ਚੰਗਾ ਨਹੀਂ ਹੁੰਦਾ। ਤਾਂ ਦੋਸਤੋ, ਤੁਹਾਡੇ ਮਨ ਅੰਦਰ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਪਾਣੀ ਪੀਣਾ ਕਿਵੇਂ ਹੈ। ਆਯੁਰਵੈਦ ਵਿੱਚ ਪਾਣੀ ਪੀਣ ਦਾ ਸਹੀ ਤਰੀਕਾ ਉਸੇ ਤਰ੍ਹਾਂ ਹੀ ਦੱਸਿਆ ਗਿਆ ਹੈ ਜਿਸੇ ਤਰ੍ਹਾਂ ਤੁਸੀਂ ਘੁੱਟ ਘੁੱਟ ਕਰਕੇ ਚਾਹ ਪੀਂਦੇ ਹੋ, ਜਿਵੇਂ ਗਰਮ ਗਰਮ ਦੁੱਧ ਪੀਂਦੇ ਹੋ। ਪਾਣੀ ਦਾ 1 ਘੁੱਟ ਲਿਆ ਤੇ ਫਿਰ ਥੋੜੀ ਦੇਰ ਬਾਅਦ ਦੂਸਰਾ ਘੁੱਟ ਲੈਣਾ ਹੈ। ਜੋ ਵੀ ਵਿਅਕਤੀ ਪੂਰੀ ਜ਼ਿੰਦਗੀ ਘੁੱਟ ਘੁੱਟ ਕਰਕੇ ਪਾਣੀ ਪੀਏਗਾ, ਆਯੁਰਵੈਦ ਦੀ ਗਰੰਟੀ ਹੈ ਕਿ ਪੂਰੀ ਜ਼ਿੰਦਗੀ ਉਸ ਨੂੰ ਕਦੇ ਵੀ ਮੋਟਾਪਾ ਨਹੀਂ ਆ ਸਕਦਾ, ਕਦੇ ਵੀ ਉਸ ਵਿਅਕਤੀ ਦਾ ਭਾਰ ਨਹੀਂ ਵਧੇਗਾ ਜਿੰਨਾ ਵਜ਼ਨ ਹੋਣਾ ਚਾਹੀਦਾ ਹੈ। ਅਗਰ ਪਾਣੀ ਘੁੱਟ ਘੁੱਟ ਕਰਕੇ ਪੀ ਰਹੇ ਹੋ ਤਾਂ ਪੂਰੀ ਜ਼ਿੰਦਗੀ ਉਨਾ ਹੀ ਵਜ਼ਨ ਰਹੇਗਾ। ਦੋਸਤੋ, ਜੇਕਰ ਤੁਹਾਡਾ ਭਾਰ ਮੋਟਾਪਾ ਪਹਿਲਾਂ ਹੀ ਵਧਿਆ ਹੋਇਆ ਹੈ ਤਾਂ ਤੁਸੀਂ ਅੱਜ ਤੋਂ ਹੀ ਘੁੱਟ ਘੁੱਟ ਕਰਕੇ ਪਾਣੀ ਪੀਣਾ ਸ਼ੁਰੂ ਕਰੋ। 6 ਤੋਂ 7 ਮਹੀਨਿਆਂ ਦੇ ਅੰਦਰ ਅੰਦਰ 10 ਕਿਲੋ ਤੱਕ ਵਜ਼ਨ ਤੁਹਾਡਾ ਘੱਟ ਜਾਵੇਗਾ। ਇਹ ਜੋ ਮੋਟਾਪਾ ਹੈ ਹੌਲੀ ਹੌਲੀ ਆਇਆ ਹੈ, 1 ਦਮ ਨਹੀਂ ਆਇਆ, ਇਸ ਲਈ ਇਹ ਹੌਲੀ ਹੌਲੀ ਹੀ ਘੱਟ ਹੋਵੇਗਾ। ਇਹ ਕੁਦਰਤ ਦਾ ਨਿਯਮ ਹੈ। ਜੇਕਰ ਤੁਸੀਂ ਇਸ ਦੇ ਪੁੱਠਾ ਜਾ ਕੇ ਤੇਜ਼ੀ ਨਾਲ ਵਜ਼ਨ ਘੱਟ ਕਰੋਗੇ ਤਾਂ 1 ਵਾਰ ਤਾਂ ਤੁਹਾਡਾ ਭਾਰ ਘੱਟ ਜਾਵੇਗਾ, ਪਰ ਜਿਵੇਂ ਹੀ ਤੁਸੀਂ ਉਸ ਚੀਜ਼ ਨੂੰ ਲੈਣਾ ਛੱਡ ਦਿਓਗੇ ਨਾਲ ਦੀ ਨਾਲ ਹੀ ਤੁਹਾਡਾ ਮੋਟਾਪਾ ਫਿਰ ਤੋਂ ਵਧਣ ਲੱਗੇਗਾ। ਦੋਸਤੋ, ਜੇਕਰ ਘੁੱਟ ਘੁੱਟ ਕਰਕੇ ਪਾਣੀ ਪੀਣ ਦੀ ਆਦਤ ਤੁਸੀਂ ਅਪਣਾ ਲੈਂਦੇ ਹੋ ਤਾਂ ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਗੋਡਿਆਂ ਦਾ ਦਰਦ, ਜੋੜਾਂ ਦਾ ਦਰਦ 7 ਦਿਨਾਂ ਵਿੱਚ ਹੀ ਠੀਕ ਹੋ ਜਾਵੇਗਾ। ਅੱਡੀਆਂ ਦਾ ਦਰਦ, ਗੋਡਿਆਂ ਦਾ ਦਰਦ, ਜੋੜਾਂ ਦਾ ਦਰਦ ਤਾਂ 7 ਦਿਨਾਂ ਵਿੱਚ ਪੂਰੀ ਤਰ੍ਹਾਂ ਹੀ 100% ਖਤਮ ਹੋ ਜਾਵੇਗਾ। ਸਵੇਰੇ ਸਵੇਰੇ ਉੱਠਣ ਸਾਰ ਜਿਨ੍ਹਾਂ ਲੋਕਾਂ ਦੇ ਸਿਰ ਵਿੱਚ ਦਰਦ ਹੁੰਦਾ ਹੈ, ਚੱਕਰ ਆਉਂਦੇ ਹਨ, ਇਹ ਸਭ ਸਮੱਸਿਆ 7 ਦਿਨਾਂ ਵਿੱਚ ਹੀ ਖਤਮ ਹੋ ਜਾਣਗੀਆਂ। ਪਹਿਲਾ ਨਿਯਮ ਇਹ ਅਪਣਾਉਣਾ ਹੈ ਕਿ ਖਾਣਾ ਖਾਣ ਤੋਂ 1.5 ਘੰਟਾ ਬਾਅਦ ਪਾਣੀ ਪੀਣਾ ਹੈ, ਦੁਪਹਿਰ ਸਮੇਂ ਲੱਸੀ ਪੀਣੀ ਹੈ ਅਤੇ ਰਾਤ ਨੂੰ ਸੌਣ ਸਮੇਂ ਦੁੱਧ ਪੀਣਾ ਹੈ। ਦੂਸਰਾ ਨਿਯਮ ਇਹ ਅਪਣਾਉਣਾ ਹੈ ਕਿ ਪਾਣੀ ਹਮੇਸ਼ਾ ਘੁੱਟ ਘੁੱਟ ਕਰਕੇ ਥੋੜਾ ਥੋੜਾ ਪੀਣਾ ਹੈ। ਦੋਸਤੋ, ਹੁਣ ਤੁਹਾਨੂੰ ਅਸੀਂ 3 ਆਯੁਰਵੇਦ ਦੀਆਂ ਚਮਤਕਾਰੀ ਦਵਾਈਆਂ ਬਾਰੇ ਦੱਸਾਂਗੇ ਜਿਸ ਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਮੋਟਾਪਾ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਘੱਟ ਹੋਣ ਲੱਗੇਗਾ। ਅਲਸੀ ਦਾ ਸੇਵਨ। ਅਲਸੀ ਪੇਟ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਕਿਉਂਕਿ ਇਸ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦਾ ਇਸਤੇਮਾਲ ਕਰਨ ਲਈ 4 ਮਿੰਟ ਤੱਕ ਅਲਸੀ ਨੂੰ ਤੁਸੀਂ ਗਰਮ ਕਰਨਾ ਹੈ, ਫਿਰ ਅਲਸੀ ਦਾ ਸੇਵਨ ਕਰਨਾ ਹੈ। ਜੀਰੇ ਦਾ ਸੇਵਨ। ਜੀਰਾ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਸਾਡੇ ਸਰੀਰ ਦੀ ਫਾਲਤੂ ਚਰਬੀ ਘਟਣ ਲੱਗਦੀ ਹੈ। ਅਜਵਾਇਣ ਦਾ ਸੇਵਨ। ਦੋਸਤੋ, ਅਜਵਾਇਣ ਵੀ ਪੇਟ ਲਈ ਬਹੁਤ ਹੀ ਵਧੀਆ ਹੁੰਦੀ ਹੈ, ਪੇਟ ਦੀ ਚਰਬੀ ਤੇਜ਼ੀ ਨਾਲ ਘਟਾਉਂਦੀ ਹੈ। ਦੋਸਤੋ, ਹੁਣ ਤੁਸੀਂ ਕੀ ਕਰਨਾ ਹੈ, 3 ਚਮਚ ਅਲਸੀ, 2 ਚਮਚ ਜੀਰਾ, 2 ਚਮਚ ਅਜਵਾਇਣ ਦੇ ਲੈ ਕੇ ਤਿੰਨਾਂ ਨੂੰ ਮਿਲਾ ਕੇ ਬਾਰੀਕ ਪਾਊਡਰ ਬਣਾ ਲੈਣਾ ਹੈ ਤੇ ਚੂਰਨ ਤਿਆਰ ਹੋ ਜਾਵੇਗਾ। ਤੁਸੀਂ ਸਵੇਰ ਦੇ ਸਮੇਂ ਖਾਣਾ ਖਾਣ ਤੋਂ ਪਹਿਲਾਂ 1 ਚਮਚ ਗੁਣਗੁਣੇ ਪਾਣੀ ਨਾਲ ਹਰ ਰੋਜ਼ ਇਸ ਚੂਰਨ ਦਾ ਸੇਵਨ ਕਰਨਾ ਹੈ। 10 ਦਿਨਾਂ ਵਿੱਚ ਹੀ ਪੇਟ ਦੀ ਚਰਬੀ 1 ਕਿਲੋ ਤੱਕ ਘੱਟ ਜਾਵੇਗੀ। ਸਵੇਰ ਦੇ ਨਾਸ਼ਤੇ ਅਤੇ ਚੂਰਨ ਦੇ ਵਿਚਕਾਰ 1/2 ਘੰਟੇ ਦਾ ਗੈਪ ਹੋਣਾ ਚਾਹੀਦਾ ਹੈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਜਾਣਕਾਰੀ। ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।